आप देख रहे हैं APN। ਗੱਲ ਬਾਤ ਹੋਈ ਜੇ ਕਿ ਕਹਿੰਦੇ ਇੱਕ ਬੱਚਾ ਬੋਨ ਜਾਂ ਨਵਾਂ ਮਿਲਿਆ ਸਰ ਮੇਰੇ ਫਰੈਂਡ ਦਾ ਘਰ ਹੈਗਾ ਇੱਥੇ ਕੈਂਟ ਦੇ ਵਿੱਚ ਮਹੱਲਾ ਨੰਬਰ ਕਿਹੜਾ ਸਰ ਕਿਹੜੇ ਕੈਂਟ ਨੰਬਰ 21 ਨੰਬਰ ਮਹੱਲਾ ਤੇ ਹਾਊਸ ਨੰਬਰ ਤਾਂ ਮੈਨੂੰ ਯਾਦ ਨਹੀਂ ਹੈਗਾ ਇਸ ਵੇਲੇ ਤੇ ਉਹਨਾਂ ਦੇ ਘਰ ਦੇ ਨਾਲ ਦਾ ਜਿਹੜਾ ਟੈਰਿਸ ਸੀਗਾ ਉੱਥੇ ਇੱਕ ਨਿਊ ਬੋਨ ਗਰਲ ਬੇਬੀ ਦੀ ਲਾਸ਼ ਮਿਲੀ ਹੈ ਤੇ ਉਹਨਾਂ ਨੇ ਐਸ ਸੂਨ ਐਸ ਪੋਸੀਬਲ ਪੁਲਿਸ ਨੂੰ ਅਪਰੋਚ ਕੀਤੀ ਤੇ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਮੌਕੇ ਤੇ ਐਸ ਵੇਲੇ ਤੋ ਪਤਾ ਨਹੀਂ ਲੱਗਿਆ ਕਿਧਰੋਂ ਰੱਖਿਆ ਗਿਆ ਕਿਉਂਕਿ ਉੱਥੇ ਕੋਈ ਪੁਲਿਸ ਨੇ ਵੀ ਜਾਂਚ ਕੀਤੀ ਉੱਥੇ ਕੋਈ ਰਸਤਾ ਚੜ੍ਹਨ ਦੇ ਵਾਸਤੇ ਹੈ ਹੀ ਨਹੀਂ ਕੋਈ ਜਾਨਵਰ ਲੈ ਕੇ ਆਵੇ ਇਹ ਚੀਜ਼ਾਂ ਮਤਲਬ ਕੋਈ ਮਾਇਨੇ ਨਹੀਂ ਰੱਖਦੀ ਉਹ ਨਾਲ ਕੋਈ ਕਿਰਾਏ ਵਗੈਰਾ ਦਾ ਕਿਰਾਏ ਦੇ ਵੀ ਰਹਿੰਦੇ ਕੋਈ ਬੰਦੇ ਨਹੀਂ ਸਰ ਓਨਰ ਹੈਗੇ ਦੋਨੇ ਜਣੇ ਮੇਰਾ ਫਰੈਂਡ ਤੇ ਨਾਲ ਦਾ ਘਰ ਉਹ ਸਾਰੇ ਓਨਰ ਹੈਗੇ ਆਪਾਂ ਤੋ ਮੁੱਖ ਤੇ ਪੁਲਿਸ ਪਹੁੰਚ ਕੇ ਕੀ ਤਹਿਕੀਕਤ ਕਰਦੀ ਪਈ ਉਹਨਾਂ ਨੇ ਬੋਡੀ ਰਿਕਵਰ ਕੀਤੀ ਆ ਤੇ ਹੁਣ ਅੱਗੇ ਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਨਰਿੰਦਰ ਸਿੰਘ ਹੈ ਸਰ ਜੀ ਕਹਾਂ ਕਿ ਹੈ ਆਪ ਮੈਂ ਜਲੰਧਰ ਕੈਂਟ ਤੋਂ ਹਾਂ ਜੀ ਸਰ ਹਾਂ ਜੀ ਮੈਟਰ ਕੀ ਹੋ ਗਿਆ ਮੈਟਰ ਇਸ ਤਰ੍ਹਾਂ ਹੋਇਆ ਕਿ ਅੱਜ ਦੁਪਹਿਰ ਨੂੰ ਸਾਨੂੰ ਪਤਾ ਲੱਗਾ ਕਿ ਸਾਡੇ ਗਵਾਂਢੀਆਂ ਦੀ ਛੱਤ ਦੇ ਉੱਤੇ ਇੱਕ ਨਿਊ ਬੋਰਨ ਕੋਈ ਬੇਬੀ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਹੋਈ ਆ ਤੇ ਅਸੀਂ ਫਿਰ ਇਨਫੋਰਮ ਕੀਤਾ ਨੰਬਰ ਗਲੀ ਪਈ ਸੀ ਜੀ ਜਿੱਥੇ ਲੰਘ ਕੀ ਪੁਲਿਸ ਨੇ ਆਣ ਕੇ ਆਪਣੀ ਜੋ ਵੀ ਕਾਰਵਾਈ ਸੀ ਦਿੱਤੀ ਕੋਈ ਉੱਤੇ ਨਾਲ ਕੋਈ ਕਿਰਾਏਦਾਰ ਦੇ ਵਿੱਚ ਕੋਈ ਰਹਿੰਦਾ ਹੈ ਕੋਈ ਨਹੀਂ ਆ ਘਰ ਮੇਰਾ ਆ ਤੇ ਉਹ ਨਾਲ ਦਾ ਕੋਈ ਸੱਤ ਹੈ ਪਤਾ ਹੀ ਨਹੀਂ ਕੁਝ ਕਿੰਨੇ ਘਰ ਹੈਗੇ ਜਿਹੜੇ ਕਿ ਛੱਤ ਤੋਂ ਆ ਸਕਦੇ ਆ ਨਾਲ ਨਾਲ ਛੱਤਾਂ ਹੈਗੀਆਂ ਜਾਂ ਦੂਰ ਦੂਰ ਹੈਗੀਆਂ ਤਿੰਨ ਚਾਰ ਕਿਲੋ ਬੇਟ ਲੱਗਦਾ ਜੋ ਫੋਟੋ ਵਗੈਰਾ ਕੀਤੀ ਆ ਸਰ ਇਹਦੇ ਬਾਰੇ ਤੇ ਪੁਲਿਸ ਹੀ ਦੱਸ ਸਕਦੀ ਨਹੀਂ ਨਹੀਂ ਤੁਸੀਂ ਮਾੜੇ ਉੱਪਰ ਪਤਾ ਹੀ ਹੁੰਦਾ ਨਾ ਵੀ ਸਾਡੀ ਛੱਤ ਵੀ ਕਿੰਨੇ ਪੂਰੇ ਲੱਗੇ ਨਾਲ ਲੱਗਦੀ ਕਿਸੇ ਨੂੰ ਜਾਂ ਕੋਈ ਛੱਤ ਕਿਸੇ ਕੋਈ ਆਸ-ਪਾਸ ਦੇਖੋ ਤਿੰਨ ਚਾਰ ਛੱਤਾਂ ਤੇ ਲੱਗਦੀਆਂ ਨਾ ਤਣਾਅ ਜਾਂ ਝਗੜਾ ਜਾਂ ਕੋਈ ਵੀ ਕੋਈ ਉਠਾ ਕੇ ਬਾਹਰ ਸੇ ਵੀ ਲਾ ਕੇ ਫੇਕ ਸਕਦਾ ਹੈ ਕਿਸੇ ਨੂੰ ਫਸਾਣੇ ਕੇ ਲਿਏ ਪੰਜ ਛੱਡ ਪਏ ਤੇ ਮੈਟਰ ਹੋ ਸਕਦਾ ਹੈ ਸਾਡੇ ਪ੍ਰਸ਼ਾਸਨ ਇਹ ਦਾ ਪੁਲਿਸ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਹਾਰਡਲੀ ਪੌਣਾ ਕੁ ਘੰਟਾ ਲੱਗ ਗਿਆ ਪੁਲਿਸ ਨੇ ਤੁਸੀਂ ਇਨਫੋਰਮ ਕੀਤਾ ਮੈਂ ਇਨਫੋਰਮ ਤੋਂ ਜਿਹੜੇ ਇਨਕੁਆਇਰੀ ਕਰਦੇ ਪਏ ਉਹਦਾ ਨਾਮ ਕੀ ਹੈ ਸਾਡੇ ਨਾ ਇਹ ਤਾਂ ਘਰ ਸਰ ਮਿਸਟਰ ਅਜੇਪਾਲ ਸਿੰਘ ਜੀ ਐਸਆਈ ਸੀ ਦੇ ਉੱਪਰ ਮਿਲੀ ਉਹਨਾਂ ਦੇ ਨਾਲ ਦੋ ਮੁਲਾਜ਼ਮ ਹੋਰ ਸੀਗੇ ਇੱਥੇ ਮੋਸਟਲੀ ਤਿੰਨ ਚਾਰ ਬੈਂਡਿੰਗਾਂ ਬਣੀਆਂ ਘਰਾਂ ਦੀਆਂ ਉਹਨਾਂ ਨੇ ਖਾਸ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਨੇ ਖੁਦ ਆਈਡੈਂਟੀਫਾਈ ਕੀਤਾ ਕਿ ਇਹ ਬੱਚਾ ਗਰਲ ਚਾਈਲਡ ਆਈ ਰਿਪੀਟ ਇਹ ਗਰਲ ਚਾਈਲਡ ਬੱਚਾ ਹੈ ਤੇ ਇਹ ਬਹੁਤ ਹੀ ਮਤਲਬ ਦੁੱਖ ਵਾਲਾ ਨਹੀਂ ਸਰ ਮੇਰੇ ਦੋਸਤ ਦੇ ਘਰੋਂ ਲਾਜ਼ਮੀ ਨਹੀਂ ਉਹਨਾਂ ਨੂੰ ਮੌਕੇ ਤੇ ਸਾਡੇ ਨਾਲ ਬੁਲਾਇਆ ਤੇ ਅਸੀਂ ਬ੍ਰੈਸ ਸਪੋਰਟਰ ਮੇਰੇ ਦੋਸਤ ਹੈਗੇ ਮੈਂ ਦੇਖੋ ਮੇਰੇ ਦੋ ਬੇਟੇ ਨੇ ਜੀ ਤੇ ਮੇਰੇ ਖਿਆਲ ਨਾਲ ਕਹਿੰਦੇ ਜਿਹਦੇ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਉਹ ਬੰਦਾ ਉਸ ਚੀਜ਼ ਦੀ ਵੈਲਿਊ ਸਮਝਦਾ ਮਤਲਬ ਮੇਰਾ ਤੇ ਆਪਣਾ ਮਨ ਬਹੁਤ ਦੁਖੀ ਹੈ ਇਸ ਵਾਰ ਹਾਂਜੀ ਸਾਰੇ ਪਹੁੰਚੇ ਜੀ ਬ੍ਰੈਸ ਸਪੋਰਟਰ ਆਪ ਦੇਖ ਰਹੇ ਹੈ